ਜਿਸ ਵੀ ਸੇ ਨੂੰ ਮੈਂ ਬੜੀ ਦੇਰ ਪੁੱਛਿਆ ਕਹਿੰਦੇ ਮੈਨੂੰ ਪਤਾ ਨਹੀਂ ਮੇਰੇ ਬੱਚੇ ਕਿੱਥੇ ਆ ਮੈਂ ਕਿਹਾ ਸਕੂਲ ਚ ਪੜਦੇ ਆ ਕਹਿੰਦੇ ਮੈਨੂੰ ਨਹੀਂ ਪਤਾ ਇਹਨਾਂ ਨੂੰ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਜਾ ਕੇ ਪਤਾ ਲਗਾ ਅੱਛਾ ਮੇਰੇ ਦੋ ਬੱਚੇ ਹੈਗੇ ਆ ਇੱਕ ਵਾਟੀ ਵੀ ਹੈਗੀ ਹੈ ਇਹਨਾਂ ਨੂੰ ਵਾਟੀ ਬਾਰੇ ਉਸ ਤੋਂ ਵੀ ਬਾਅਦ ਮੈਂ ਕਹਾਂ ਬੱਚੇ ਹੈਗੇ ਆ ਫਿਰ ਇਹਨਾਂ ਨੂੰ ਪ੍ਰੂਫ ਕਰਾਣਾ ਪਿਆ ਵੀ ਤੁਹਾਡੀ ਵਾਟੀ ਵੀ ਹੈਗੀ ਹੈ वोटी बचे सो मतलब सू कई बार कि मतलब देखो कि बेसिक लैवल तो गल शुरू करनी पा क्या अच्छा मेरा बया हो मैं क्या हो ਅੱਛੇ ਜਿਵੇਂ ਨਾ ਤੈਨੀ ਆ ਮੈਂ ਆਇਆ ਜਿਵੇਂ ਮੈਂ ਦੋ ਵਾਰ ਹੀ ਨਾ ਆ ਗਿਆ ਚਲੋ ਕੋਈ ਗੱਲ ਠੀਕ ਹੈ ਨਾ ਸਾਡੇ ਪੇਸ਼ੈਂਟ ਵਾਸਤੇ ਜੋ ਕਹਿੰਦੇ ਹਨ ਉਹ ਕਹਿੰਦੇ ਹਾਂਜੀ ਠੀਕ ਹੈ ਇਹ ਵੀ ਨਹੀਂ ਕਹਿਣਾ ਜਿਓ ਕਹਿੰਦੇ ਤਿੰਨ ਬੱਚੇ ਕੋਈ ਕੋਈ ਨਹੀਂ ਤਿੰਨ ਹੀ ਆ ਜਿਹੜਾ ਕਹੇ ਉਹਨੂੰ ਕਹੋ ਜੀ ਹਾਂਜੀ ਹਾਂ ਜੀ ਨਾ ਤੁਹਾਨੂੰ ਦੱਸੇ ਆ ਮੈਂ ਰੀਆਪੀ ਇੱਕ ਮਹੀਨੇ ਕੇ ਬਾਅਦ ਮੈਨੂੰ ਪਤਾ ਚੱਲਾ ਮੇਰਾ ਪੇਟ ਨਿਕਲਾ ਹੋਇਆ ਹੈ ਹਾਂ ਜੀ ਜੂਸੇ ਪਹਿਲੇ ਮੈਂ ਪਤਾ ਮਹੀਨੇ ਕੇ ਬਾਅਦ ਪਤਾ ਲੱਗਾ ਇਹ ਬੇਟਾ ਹੋ ਗਿਆ ਭਾਈ ਸਾਹਿਬ ਉਹ ਹਿਡਨ ਪ੍ਰੈਗਨੈਂਸੀ ਹੁੰਦੀ ਹੈ ਨਾ ਸੋ ਇਸੀ ਬਾਤ ਤੇ ਕਰ ਲਈ ਹੋ ਸਕਦਾ ਯੂਸੀ ਦੇਖੋ ਮੈਂ ਨਾ ਬਲੀਵ ਕਰਦਾ ਕਿ ਜ਼ਿੰਦਗੀ ਦੇ ਵਿੱਚ ਨਾ ਥੋੜਾ ਸੈਂਸ ਆਫ ਹਿਊਮਰ ਹੋਣਾ ਚਾਹੀਦਾ ਠੀਕ ਹੈ ਅਸੀਂ ਕਿਸੇ ਨੂੰ ਨੀਵਾ ਨਹੀਂ ਦਿਖਾਣਾ ਜਦੋਂ ਤੁਸੀਂ ਸੈਂਸ ਆਫ ਹਿਊਮਰ ਕਰਨਾ ਸੀ ਕਿਸੇ ਦੀ ਕੋਈ ਇਹ ਨਹੀਂ ਇਨਸਲਟੈਂਟ ਨਹੀਂ ਹੁੰਦੀ ਹੈ ਪਰ ਅਸੀਂ ਨਾ ਜਿਹੜੀ ਜਿਹੜੀ ਹੈ ਅਸੀਂ ਗੱਲਬਾਤ ਕਰੀਏ ਨਾ ਕਾਫੀ ਸੀਰੀਅਸ ਹੈ ਕਾਫੀ ਸੀਰੀਅਸ ਗੱਲਬਾਤ ਕਰ ਰਹੇ ਆ ਪਰ ਇਹ ਨਾ ਬੜੀ ਰਗੜਨ ਵਾਲੀ ਗੱਲ ਹੈ ਇਹ ਮਤਲਬ ਬੜੀ ਇਹਦੇ ਚੋਂ ਚੀਕਾਂ ਨਿਕਲ ਰਹੀਆਂ ਹਨ ਅਣਕਈਆਂ ਚੀਕਾਂ ਪਰ ਅਸੀਂ ਇਹ ਮਾਹੌਲ ਨੂੰ ਨਾ ਲੂਬ੍ਰੀਕੇਟਡ ਕਰਕੇ ਰੱਖਦੇ ਆ ਲੂਬ੍ਰੀਕੇਟਡ ਦਾ ਮਤਲਬ ਹੁੰਦਾ ਥੋੜਾ ਸੈਂਸ ਆਫ ਹਿਊਮਰ ਕਦੀ ਆਪਣੇ ਬਾਰੇ ਕੋਈ ਗੱਲ ਕਰਤੀ ਕਦੀ ਕਿਸੇ ਬਾਰੇ ਪਰ ਸਾਡੇ ਰਿਲੇਸ਼ਨਸ ਆ ਰਹਿਣ ਨਾਲ ਇਹੋ ਜਿਹੇ ਹੁੰਦੇ ਹਰ ਇੱਕ ਨੂੰ ਇਹ ਵਿਸ਼ਵਾਸ ਹੈ ਕਿ ਇੱਥੇ ਸਾਡੀ ਜੇ ਕੋਈ ਗੱਲ ਹੋ ਵੀ ਰਹੀ ਹੈ ਜਾਂ ਹਾਸੇ ਚ ਵੀ ਗੱਲ ਪਾ ਰਹੇ ਆ ਅਸੀਂ ਕਿਸੇ ਨੂੰ ਲਾ ਕੇ ਗੱਲ ਨਹੀਂ ਕਰਦੇ ਕਿਸੇ ਨੂੰ ਡਮੀਨ ਨਹੀਂ ਕਰਨਾ ਕਿ ਸਿਰ ਨੂੰ ਨੀਵਾਂ ਨਹੀਂ ਦਿਖਾਣਾ ਬੜੀ ਇਹ ਹੈ ਕਿ ਮਾਹੌਲ ਨੂੰ ਲੂਬ੍ਰੀਕੇਟਡ ਰੱਖਣਾ ਬੜਾ ਇੰਪੋਰਟੈਂਟ ਹੈ ਕਿਉਂਕਿ ਅਸੀਂ ਉਸ ਜਗ੍ਹਾ ਤੇ ਕਿੱਥੇ ਬੈਠਾਂਗੇ ਜਿੱਥੇ ਕਦੀ ਹਾਸਾ ਮਾਹੌਲ ਨੀ ਕਿ ਜਿੱਥੇ ਕੋਈ ਮਜ਼ਾਕ ਨਹੀਂ ਬੜਾ ਇੰਪੋਰਟੈਂਟ ਹੈ ਸਾਡੀ ਲਾਈਫ ਸਾਡੇ ਘਰਾਂ ਦੇ ਵਿੱਚ ਮਜ਼ਾਕ ਹੁੰਦਾ ਨਹੀਂ ਹੈ ਸਾਡੇ ਘਰਾਂ ਦੇ ਵਿੱਚ ਨਾ ਤੁਸੀਂ ਦੇਖੋ ਸਾਡੇ ਘਰਾਂ ਦੇ ਵਿੱਚ ਜਦੋਂ ਬਿਮਾਰੀ ਆ ਜਾਂਦੀ ਹੈ ਨਾ ਹਾਸਾ ਮਜ਼ਾਕ ਇਹ ਤੇ ਉੱਡ ਹੀ ਜਾਂਦਾ ਸਾਨੂੰ ਲੱਗਦਾ ਕਿ ਕਿਸੇ ਨੂੰ ਮਜ਼ਾਕ ਕਰ ਉਹਨੂੰ ਕਿ ਮੈਨੂੰ ਕਿਹਾ ਜਾਂ ਤਾਂ ਸਾਇਲੈਂਸ ਹੁੰਦਾ ਹੈ ਜਾਂ ਤਾਂ ਵਾਇਲੈਂਸ ਜਾਂ ਸਾਇਲੈਂਸ ਹੁੰਦਾ ਹੈ ਜਾਂ ਵਾਇਲੈਂਸ ਹੁੰਦਾ ਹੈ ਦੇਗੇ ਕੋਈ ਕਿ ਤਾ ਮਜ਼ਾਕ ਕਰਦਾ ਨਾ ਇਹਦਾ ਮਜ਼ਾਕ ਹੀ ਕਰਦਾ ਮੈਂ ਮਜ਼ਾਕ ਨਹੀਂ ਕਰਦਾ ਮੇਰਾ ਮਜ਼ਾਕ ਹੀ ਕਰਦਾ ਇਹ ਬੇਟੇ ਦੇਖੋ ਹੁਣ ਇੱਥੇ ਕਿੱਥੇ ਜ਼ਰੂਰਤ ਹੈ ਜੇ ਤੁਸੀਂ ਮੈਨੂੰ ਇੱਕ ਚੀਜ਼ ਕਹੋ ਨਾ ਤੇ ਮੈਂ ਕਹੂੰਗਾ ਜੇ ਕੋਈ ਬੰਦਾ ਬਹੁਤ ਪਰਸਨਲ ਲੈ ਰਿਹਾ ਨਾ ਇਹਦਾ ਮਤਲਬ ਉਹਦੇ ਅੰਦਰ ਸ਼ੇਮ ਤੇ ਲੋ ਸੈਲਫ ਐਸਟੀਮ ਹੈ ਤੁਸੀਂ ਕੋਈ ਵੀ ਜਾਂਦੀ ਚੀਜ਼ ਨੂੰ ਇਹ ਸੋਚੋ ਕਿ ਮੇਰੇ ਵਾਸਤੇ ਪਰਸਨਲ ਹੈ ਬਿਕਾਜ਼ ਆਫ ਯੂਅਰ ਲੋ ਸੈਲਫ ਐਸਟੀਮ ਐਂਡ ਸ਼ੇਮ ਹੁਣ ਵਰਕ ਸਾਨੂੰ ਲੋ ਸੈਲਫ ਐਸਟੀਮ ਐਂਡ ਸ਼ੇਮ ਤੇ ਕਰਨਾ ਚਾਹੀਦਾ ਹੁਣ ਦੇਖੋ ਨਾ ਸਾਡੇ ਘਰਾਂ 'ਚ ਜੇ ਕੋਈ ਕਹੇ ਕਿ ਮੈਂ ਤੂੰ ਇਹ ਗੱਲ ਕਹੀ ਤੇ ਕੀ ਕਿਉਂ ਜਿਹੜੀ ਮੈਂ ਗੱਲ ਹੁਣ ਕਨਮ ਨੂੰ ਕਹੀ ਹੈ ਮੈਂ ਤਾਂ ਕਹੀ ਹੈ ਕਿਉਂਕਿ ਰਿਕਵਰੀ ਚ ਹੈ ਮੈਂ ਹੋਰ ਕਿਸੇ ਨੂੰ ਥੋੜੀ ਇਹ ਗੱਲ ਕਹਿ ਸਕਦਾ ਕਿਉਂਕਿ ਅਗਲਾ ਸੋਚੇਗਾ ਵੀ ਇਹ ਕਿਉਂ ਬਿਹੂਦਾ ਜੀ ਮਤਲਬ ਲੱਗਦੀ ਹੈ ਬਟ ਇਹ ਹੈ ਕਿ ਸਾਨੂੰ ਰਿਕਵਰੀ ਚ ਰਹਿ ਕੇ ਨਾ ਥੋੜਾ ਲੂਬ੍ਰੀਕੇਟਡ ਆ ਜਾਂਦਾ ਵੀ ਜੇ ਕੋਈ ਗੱਲ ਕਰਨੀ ਵੀ ਹੈ ਤਾਂ ਥੋੜੀ ਮਤਲਬ ਉਸ ਤਰੀਕੇ ਨਾਲ ਕੀਤੀ ਜਾਏ ਜਿਹਦੇ ਵਿੱਚ ਕਿਸੇ ਨੂੰ ਫੀਲ ਨਾ ਹੋਏ no doubt ਜਿਹੜਾ ਫੀਲ ਹੋਣਾ ਇਹ ਵੀ ਇਹ ਵੀ ਇੱਕ ਲੋ ਸੈਲਫ ਐਸਟੀਮ ਦੀ ਨਿਸ਼ਾਨੀ ਹੈ ਜੇ ਮੈਨੂੰ ਤੁਹਾਡੀ ਹਰ ਗੱਲ ਫੀਲ ਹੋ ਰਹੀ ਹੈ ਤੇ ਇਹ ਵੀ ক্লো ਸੈਲਫ ਐਸਟੀਮ ਦੀ ਨਿਸ਼ਾਨੀ ਹੈ اچھا ਮੈਂ ਜਿਹੜੀ ਗੱਲ ਕਰ ਰਿਹਾ ਸੀਗਾ ਕਿ ਮਾਹੌਲ ਸਾਡੇ ਘਰਾਂ ਦੇ ਵਿੱਚ ਨਾ ਮਜ਼ਾਕ ਕਿਤੇ ਸਬਰ ਨਹੀਂ ਹੁੰਦਾ ਦੋ ਚੀਜ਼ਾਂ ਨਾ ਸਾਡੇ ਘਰ ਚ ਮਿਸਿੰਗ ਹੁੰਦੀਆਂ ਹੈ ਨਾ ਸਾਡੇ ਘਰਾਂ ਦੇ ਵਿੱਚ ਇੱਕ ਮਜ਼ਾਕ ਨਹੀਂ ਹੁੰਦਾ ਤੇ ਇੱਕ ਸਬਰ ਨਹੀਂ ਹੁੰਦਾ ਅਸੀਂ ਚਾਹੁੰਦੇ ਆ ਜਿਹੜੀ ਚੀਜ਼ ਹੋਏ ਕੱਲੀ ਕੱਲੀ ਫਟਾਫਟ ਪਾਟ ਤੁਸੀਂ ਮੈਨੂੰ ਗੱਲ ਕੀਤੀ ਮੈਂ ਉਸ ਵੇਲੇ ਚਾਰ ਜਵਾਬ ਤਾਂ ਦਿੰਦੇ ਰ ਮੈਂ ਸਬਰ ਨਹੀਂ ਕਰਨਾ ਜਿਹੜੇ ਕੰਮ ਦੇ ਵਿੱਚ ਸਬਰ ਆ ਗਿਆ ਨਾ ਉੱਥੇ ਅਸੀਂ ਫੇਲ ਹੋ ਜਾਣਾ ਜਦੋਂ ਅਸੀਂ ਇੱਥੇ ਐਡਮਿਟ ਇੱਥੇ ਬੈਠਦੇ ਆ ਨਾ ਮੀਟਿੰਗਾਂ 'ਚ ਇਹ ਮੀਟਿੰਗਾਂ ਸੁਣਦੇ ਆ ਇਹਦੇ ਨਾਲ ਨਾ ਸਬਰ ਆ ਜਾਂਦਾ ਇੱਕ ਥੋੜਾ ਹਾਸਾ ਮਜ਼ਾਕ ਆ ਜਾਂਦਾ ਉਹਦੇ ਨਾਲ ਕੀ ਹੁੰਦਾ ਹੈ ਕਿ ਮਾਹੌਲ ਦਾ ਜਿਹੜਾ ਜਿਹੜਾ ਨਾ ਉਹ ਇੰਪਰੂਵ ਕਰਨਾ ਸ਼ੁਰੂ ਹੋ ਜਾਂਦਾ ਤੁਸੀਂ ਦੇਖੋ ਜਿਹੜੇ ਸਾਡੇ ਰਿਕਵਰੀ ਵਾਲੇ ਪੇਸ਼ੈਂਟ ਹਨ ਉਹਨਾਂ ਦਾ ਛੋਟਾ-ਮੋਟਾ ਮਜ਼ਾਕ ਸਾਡਾ ਚੱਲਦਾ ਰਹਿੰਦਾ ਹੈ ਬਿਫੋਰ ਦਾ ਮੀਟਿੰਗ ਆਫਟਰ ਦਾ ਮੀਟਿੰਗ ਮਤਲਬ ਅਸੀਂ ਕਿਤੇ ਨਾ ਕਿਤੇ ਛੋਟੇ-ਮੁੰਡੇ ਹਾਂਜੀ ਕੋਇਲਟ ਹੋ ਜਾਂਦਾ ਹੈ ਪ੍ਰਾਰੰਭ ਮਜ਼ਾਕ ਕਰਦਾ ਕਿਦੋਂ ਐਡੀਸ਼ਨ ਦੇ ਵਿੱਚ ਇਪਨਿ ਬਹੁਤ ਹੀ ਇੰਪੋਰਟੈਂਟ ਚੀਜ਼ ਹੈ ਕਿ ਤੁਸੀਂ ਮਜ਼ਾਕ ਕਰਨ ਦਾ ਮਤਲਬ ਤੁਹਾਨੂੰ ਵੀ ਤਰੀਕਾ ਆਉਂਦਾ ਹੋਵੇ ਅਗਲੇ ਦੀ ਵੀ ਕਪੈਸਿਟੀ ਦੇਖ ਕੇ ਬਾਅਦ ਵਿੱਚ ਬੈਠ ਕੇ ਪਤਾ ਲੱਗ ਜਾਂਦਾ ਵੀ ਮਜ਼ਾਕ ਨਾ ਕਰੇ ਤਾਂ ਨਾ ਜੇ ਜੇ ਮਤਲਬ ਇਹ ਚੀਜ਼ ਨੂੰ ਕਰਦੇ ਸੀ ਹਾਂ ਹਾਲਾਂਕਿ ਸੀਗਾ ਜ਼ਰਾ ਪਹਿਲੀ ਗੱਲ ਤੇ ਦੇਖੋ ਸਾਡੀ ਆਪਣੀ ਵੀ ਪਰਸਪੈਕਸ਼ਨ ਇੰਨੀ ਕਲੀਅਰ ਨਹੀਂ ਹੁੰਦੀ ਅਸੀਂ ਉਦੋਂ ਮਜ਼ਾਕ ਕਰਦੇ ਹਾਂ ਜਿਹੜਾ ਕਿ ਨਹੀਂ ਜਦੋਂ ਨਹੀਂ ਕਰਨਾ ਹੁੰਦਾ ਜਦੋਂ ਕੋਈ ਚੀਜ਼ ਪੱਕੀ ਹੈ ਉਦੋਂ ਮਜ਼ਾਕ ਨਹੀਂ ਕਰਨਾ ਜਦੋਂ ਅਗਲੇ ਬੰਦੇ ਦੀ ਆਪਣੀ ਇਨਸਾਈਟ ਪੂਰ ਹੈ ਉਦੋਂ ਮਜ਼ਾਕ ਨਹੀਂ ਕਰਨਾ ਜਦੋਂ ਬੰਦਾ ਇਸ ਰਿਸੈਪਟਿਵਿਟੀ ਉਹਦੀ ਤਾਕਤ ਨਹੀਂ ਕਪੈਸਿਟੀ ਨਹੀਂ ਹੈ ਉਦੋਂ ਮਜ਼ਾਕ ਨਹੀਂ ਕਰਨਾ ਮਜ਼ਾਕ ਕਰਨ ਲੱਗੇ ਤਾਂ ਬਹੁਤ ਹੀ ਫਿਰ ਜਿਹੜਾ ਤੁਸੀਂ ਗੱਲ ਕਹਿਣ ਲੱਗੇ ਹੋ ਉਹਦੇ ਵਿੱਚ ਇਸ ਤਰ੍ਹਾਂ ਦੀ ਚੀਜ਼ ਹੋਣੀ ਚਾਹੀਦੀ ਹੈ ਜਿਹਦੇ ਵਿੱਚ ਤੁਸੀਂ ਆਪਣੇ ਬਾਰੇ ਵੀ ਗੱਲ ਕਰ ਸਕੋ ਭਈ ਮਤਲਬ ਗੱਲ ਹੁੰਦੀ ਹੈ ਆਪਣੇ ਪਰਸਪੈਕਸ਼ਨ ਦੇ ਹਿਸਾਬ ਨਾਲ ਉਹ ਸਾਰੀਆਂ ਚੀਜ਼ਾਂ ਨਾ ਕਿਤੇ ਨਾ ਕਿਤੇ ਤੁਹਾਨੂੰ ਜਾਚ ਆ ਜਾਂਦੀ ਹੈ ਬੰਦਾ ਵੈਸੇ ओरिजिनल ਤੌਰ ਤੇ ਮਜ਼ਾਕੀਆ ਹੀ ਹੁੰਦਾ ਹੈ ਪਰ ਹਾਲੀਵੁੱਡੀ ਤੂੰ ਦੇਖਿਆ ਜਿਹੜੇ ਬੱਚੇ ਐ ਉਹ ਕਿੰਝ ਖੇਡਦੇ ਐ ਡਾਂਸ ਕਰਦੇ ਐ ਸਭ ਕੁਝ ਕਰਦੇ ਐ ਜੋ ਜੋ ਬੱਚੇ ਵੱਡੇ ਹੁੰਦੇ ਐ ਫੇਰ ਸ਼ਰਮ ਆ ਜਾਂਦੀ ਐ ਫੇਰ ਉਹਨਾਂ ਨੂੰ ਲੱਗਦਾ ਜਦੋਂ ਕੋਈ ਬਾਹਰੋਂ ਆ ਜੇ ਬੇਟਾ ਡਾਂਸ ਕਰਕੇ ਦਿਖਾ ਉਹ ਮੰਜੀ ਥੱਲੇ ਵੜ ਜਾਂਦੇ ਐ ਠੀਕ ਐ ਉਹੀ ਬੱਚਾ ਮਤਲਬ ਕਿਸੇ ਘਰ ਦੇ ਮਾਹੌਲ ਦੇ ਵਿੱਚ ਨਹੀਂ ਜਦੋਂ ਅਸੀਂ ਬਾਹਰੋਂ ਚਾਈਦਾ ਸਤਿ ਸ਼੍ਰੀ ਅਕਾਲ ਕਹੇ ਬਈ ਸਤਿ ਸ਼੍ਰੀ ਅਕਾਲ ਕਹੇ ਚੱਲ ਪੈਰੀ ਆਸਲਾ ਉਹ ਪੈਰੀਅਸਲਾ ਉਹ ਜਿਉਂ-ਜਿਉਂ ਉਹਨੂੰ ਕਹਿੰਦੇ ਉਹਨਾਂ ਹੀ ਉਹ ਅੰਦਰ ਵੜੀ ਜਾਂਦਾ ਕਦੀ ਪਰਦਿਆਂ ਪਿੱਛੇ ਕਦੀ ਕਿਤੇ ਲੁਕੀ ਜਾਂਦਾ ਨਹੀਂ ਇਹ ਲੋਕਾਂ ਸਾਹਮਣੇ ਨਹੀਂ ਕਰਦਾ ਯੂ ਸੀ ਤੇ ਉਹ ਅਸੀਂ ਉਹਦੀ ਇਨੇਬਲਿੰਗ ਤੋਂ ਉਹਦੇ ਸਟਾਰਟ ਕਰਤੀ ਡੀਨੇਬਲਿੰਗ ਪਹਿਲਾਂ ਤੇ ਉਹਨੂੰ ਕਿਹਾ ਕਿ ਜਾ ਕਰ ਉਹ ਕੰਮ ਕਰ ਜਿਹੜਾ ਕਿ ਮਤਲਬ ਅਸੀਂ ਆਪਣੀ ਟੋਰ ਬਣਾਉਣ ਵਾਸਤੇ ਕਹਿ ਰਹੇ ਹਾਂ ਤੇ ਫਿਰ ਜਦੋਂ ਬੱਚੇ ਨੇ ਨਹੀਂ ਕੀਤਾ ਤੇ ਫਿਰ ਉਹਨੂੰ ਬਾਅਦ ਵਿੱਚ ਝੜਕਾ ਵੀ ਪੈ ਜਾਂਦੀ ਹੈ ਠੀਕ ਹੈ ਕੀ ਹੋ ਜਾਂਦਾ ਤੈਨੂੰ ਦੁਕਾਨ ਸਾਹਮਣੇ ਮੇਰੇ ਦੋਸਤਾਂ ਸਾਹਮਣੇ ਮੇਰੀਆਂ ਸਹੇਲੀਆਂ ਸਾਹਮਣੇ ਤੂੰ ਬੇਇੱਜ਼ਤੀ ਕਰਾਉਂਦੀ ਉਹ ਬੱਚਾ ਕੌਣ ਹੈ ਬੇਇੱਜ਼ਤੀ ਕਰਾਉਣ ਵਾਲਾ ਇਹਦਾ ਮਤਲਬ ਤੁਸੀਂ ਬਿਮਾਰ ਹੋ ਜਿਹੜੀ ਤੁਹਾਡੀ ਐਡੀ ਜਲਦੀ ਬੇਇੱਜ਼ਤੀ ਹੋਣ ਲੱਗ ਪਈ ਹੈ ਸੋ ਬੱਚੇ ਨੂੰ ਤੇ ਅਸੀਂ ਐਵੇਂ ਮਤਲਬ ਯੂਜ਼ ਕਰਦੇ ਹਾਂ ਫਸਟ ਆਇਆ ਜੀ ਮੇਰਾ ਬੱਚਾ ਅੱਜ ਦੇਖੋ ਇਹ ਮੈਡਲ ਲੈ ਕੇ ਆਇਆ ਕਿਤੇ ਨਾ ਕਿਤੇ ਸਾਡੀ ਆਪਣੀ ਅੰਦਰ ਦੀ ਹੈ ਜਿਹੜੇ ਬੱਚੇ ਦੇ ਥਰੂ ਅਸੀਂ ਪ੍ਰੂਵ ਕਰਨਾ ਚਾਹੁੰਦੇ ਹਾਂ